कितना मजा आया थी भरा। आया तो होगा उल्टियां जो मारी थी मैं तो क्या इतनी शूटा ना बद नहीं लाना क्यों फिर लगा लिया यार ते चलो कोई नहीं हुंदा हुन आपां ना कल फिर चलदे आ 6 बजे चलांगे मैं तैनूं कॉल करूंगा बस तू पिक कर ठीक है ना ठीक हुन मैं चलदा ठीक है ओके चलदा यार फोन ही नहीं जग रहा 6:05 हो गए कि उसे जाके देखना पड़ा और भाई कैसा यार वो जग्गू दा यार नहीं सीगा जिहड़े उत्तर ही चौंक च बैठे रहिंदे उदां ही मतलब केड़ा जग्गू यार वो भी जिहड़े मतलब नशेड़े कोई उदां बैठे रहिंदे आ लेखा लगा और बता जा का रे बस चलदे आ तैनूं सरप्राइज देना मैं सरप्राइज एक सरप्राइज मेरे लिए भी तैनूं यार पहले क्या किया इतना से लिए सुन ले आंदा वैसे मजा नहीं आंदा का सही बात है सहेली लेके आना तो समझ लो मुझे ना थोड़ा ना काम है ऐसा करते हम कल मिलते यार मैं तेरे को ड्रॉप कर देना नहीं नहीं यार मैं बच लगा नहीं कर दूं ना कोई गल नहीं की होता अरे भाई इतनी तकलीफ मत लिया कर चल ठीक है ओके बाय कल भी डाउट होया आज भी डाउट हो रहा है कि यार ओदे नाल ही जाता है कल भी इनू देखा सीगा ओदे नाल आज भी शायद ओदे नाल ही जाएगा लगता है तो पीछे ही करना पड़ेगा घर बैठे मजा ले सकता उससे भी भाई। ये क्या है? ये है भाई मजे की दवाई है भाई ऐसे थोड़ी ना लेते हैं भाई इसको ये कैसे लेते ऐसे कर जी ने ले ले क्या करूं क्या ये ये इसका क्या करूं तो भाई जेब में रख ले बाद में भी तेरे काम मुझे नहीं चाहिए ओ रख ले यार ऐ दे तो वही दोस्त का जग्गू का ते लग रहा गलत संगति च पै रहा कोई बात नहीं भाई तूने दे दिया ना सुटे पहले जाके तो दोस्त ना ही गल करनी पैनी यार गल कर हाँ भाई दस तेन मेरे ना की काम पै गया तेन मैं अच देखा हाड़ी जो तुम करते पे ना चल जा मैं तेको डर ਹਾੜੀ ਕਿੱਥੇ ਆ ਕੰਮ ਹੈਗਾ ਮੈਨੂੰ ਤੇਰੇ
ਮਕਾਨ ਜ਼ਰੂਰੀ ਹੈਗਾ, ਮਿਲਾਂਗੇ ਜਲਦੀ। ਫੋਨ ਤੇ ਉਹ ਗੱਲ ਨਹੀਂ ਹੋ ਸਕਦੀ ਸੀ ਜਿਹੜੀ ਮੈਂ ਕਰਨੀ ਹੈ ਤੈਨੂੰ। ਮੈਂ ਤੈਨੂੰ ਦੁਪਹਿਰੇ ਦੇਖਿਆ ਤੂੰ ਕੀ ਕਰ ਰਿਹਾ? ਤੂੰ ਕੁਛ ਨਹੀਂ ਕਰ ਰਿਹਾ ਵੀਰ, ਐ ਮਿਲਿਆ ਮੈਨੂੰ ਉੱਥੇ। ਫਿਰ ਕਿਆ ਹੈ? ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕਿਆ ਦੇਖ? ਮੈਨੂੰ ਸਭ ਪਤਾ ਮੇਰੇ ਬਾਸ, ਮੈਂ ਉਹਦੇ ਨਾਲ ਵੀ ਗੱਲ ਕਰ ਆਇਆ ਜਿਹੜਾ ਤੇਰਾ ਹੈਗਾ ਯਾਰ ਬਿੱਲੀ, ਜਿਹਦੇ ਨਾਲ ਤੂੰ ਬੈਠਾ। ਮੇਰੇ ਨਾਲ ਤਾਂ ਸੋ ਟੇਸਟ ਤੋਂ ਕੋਈ ਕੁਝ ਵੀ ਨਹੀਂ ਹੈ ਇਸਵੇਂ। ਇਹ ਕੁਝ ਵੀ ਨਹੀਂ ਹੈ ਭਾਈ, ਬਸ ਜੋ ਵੀ ਥਾ ਨਾ ਉਹ ਸੱਚ ਹੈ ਜੋ ਦੋਨੇ ਦੇ ਯਾਰ। ਇਹ ਸੱਚ ਬਾਤ ਹੈ ਕਿ ਮੈਂ ਕਰਦਾ ਹਾਂ, ਪਰ ਇਹ ਵੀ ਇੱਕ ਬਾਤ ਸੱਚ ਹੈ ਕਿ ਮੈਂ ਇਸਕੇ ਬਿਨਾਂ ਰਹਿ ਨਹੀਂ ਸਕਦਾ। ਰੋ ਰਹਿਣਾ ਪਏਗਾ, ਛੱਡਣੀ ਪਏਗੀ ਯਾਰ, ਮੈਂ ਨਹੀਂ ਛੋੜ ਸਕਦਾ। ਮੈਨੂੰ ਖੁਦ ਕੋ ਨਹੀਂ ਸਮਝ ਲੱਗ ਰਿਹਾ ਮੈਂ ਕਿਆ ਕਰ ਰਹਾ ਹਾਂ ਔਰ ਕਿਆ। ਕੰਸੈਂਟਰੇਟ ਨਹੀਂ ਕਰ ਪਾ ਰਿਹਾ ਕਿਸੇ ਚੀਜ਼ ਪੇ, ਕਿਸੇ ਚੀਜ਼ ਪੇ ਵੀ ਨਹੀਂ। ਤੂੰ ਮੇਰੇ ਨਾਲ ਚੱਲ, ਬਹਿ ਗੱਡੀ ਵਿੱਚ ਚੱਲ ਮੇਰੇ ਨਾਲ। ਦੇਖ ਮੇਰੀ ਗੱਲ ਸੁਣ, ਟੈਨਸ਼ਨ ਨਹੀਂ ਲੈਣੀ, ਸਭ ਕੁਝ ਠੀਕ ਹੋ ਜਾਏਗਾ, ਮੈਂ ਤੇਰੇ ਨਾਲ, ਠੀਕ ਹੈ ਨਾ? ਬਸ ਤੂੰ ਉਹਦਾ ਫੋਨ ਨਹੀਂ ਚੁੱਕਣਾ, ਉਹਦੇ ਨਾਲ ਕੋਈ ਗੱਲ ਨਹੀਂ ਕਰਨੀ, ਉਹਦੇ ਨਾਲ ਕੋਈ ਸੰਬੰਧ ਤੇਰਾ ਨਾ ਮੈਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਯਾਰ। ਫੋਨ ਨਹੀਂ ਚੁੱਕਣਾ ਚੁੱਕਣਾ ਉਹ ਤੇਰੇ 'ਤੇ ਡਿਪੈਂਡ ਹੈਗਾ, ਬਾਕੀ ਮੈਂ ਤਾਂ ਬਾਈ ਤੈਨੂੰ ਸਮਝਾ ਹੀ ਸਕਦਾ, ਠੀਕ ਹੈ ਨਾ? ਪਰ ਮੈਂ ਤੈਨੂੰ ਉਹਦੇ ਤੋਂ ਦੂਰ ਰੱਖਦਾ, ਸਭ ਠੀਕ ਹੋ ਜਾਏਗਾ। ਫਿਰ ਉਹਦਾ ਹੀ ਫੋਨ ਆਇਆ, ਫੋਨ ਚੱਕ ਯਾਰ। ਉਹ ਮੈਨੂੰ ਫਿਰ ਮਿਲਣ ਕੇ ਲਈ ਬੁਲਾਇਆ। ਤੈਨੂੰ ਕਹਿ ਰਿਹਾ ਨਾ ਫੋਨ ਚੱਕ ਤੇ ਸਪੀਕਰ ਤੇ ਪਾ। ਹੈਲੋ, ਹੈਲੋ, ਹਾਂ ਭਾਈ। ਹਾਂ ਭਾਈ, ਅੱਜ ਕੱਲ੍ਹ ਮਿਲਦੇ ਨਹੀਂ ਆ ਰਹਾ, ਕਾਫੀ ਰਹਿ ਰਹਾ। ਮੈਂ ਯਾਰ ਥੋੜਾ ਬਿਜ਼ੀ ਥਾ ਇਸ ਲਈ ਆ ਨਹੀਂ ਪਾਇਆ। ਉਹ ਚਲ ਕੋਈ ਬਾਤ ਨਹੀਂ, ਤੇਰਾ ਸਮਾਨ ਆਇਆ ਹੋਇਆ ਹੈ, ਬਾਕੀ ਲੈ ਜਾਈ ਭਾਈ। ਹਾਂ, ਪੁਰਾਣੀ ਜਗ੍ਹਾ ਪੇ ਆ ਜਾ। ਹਾਂ, ਪੁਰਾਣੀ ਮਾਰਕੀਟ। ਚਲੋ ਠੀਕ ਹੈ ਭਾਈ, ਮੈਂ ਤੁਹਾਨੂੰ ਕਿਹਾ ਥਾ ਨਾ ਉਹ ਮੈਨੂੰ ਮਿਲਣੇ ਬੁਲਾਏਗਾ। ਹੁਣ ਤੇਰੀ ਗੱਲ ਕੋਈ ਨਹੀਂ ਗੀ, ਬਾਕੀ ਸਰਦਾਰੀ ਮੇਰੀ ਹੈ। ਚੱਲ ਮੇਰੇ ਨਾਲ ਉੱਥੇ, ਬਾਕੀ ਦੀ ਮੈਂ ਦੇਖ ਲੈਣਾ। ਭਾਈ ਕੋਈ ਡਰ ਲੱਗ ਰਿਹਾ? ਡਰਨ ਦੀ ਕੋਈ ਗੱਲ ਹੀ ਨਹੀਂ, ਮੈਂ ਨਾਲ ਆਣਾ। ਯਾਰ ਇਹ ਵੀ ਲੱਗ ਕੇ ਆ ਗਿਆ ਤੇ ਤੂੰ ਅੰਦਰ ਹੀ ਬਹਿ ਕੇ ਉਹਦੇ ਨਾਲ ਗੱਲ ਮੈਂ ਕਰਾਂ। ਨਹੀਂ ਭਾਈ, ਮੈਂ ਮੇਰੇ ਦਰ ਮੈਂ ਪਹਿਲੇ ਸਮਝਾਇਆ ਸੀ, ਉਹਦੇ ਤੋਂ ਦੂਰ ਰਹਿ। ਸਮਝਾਇਆ ਤੇ ਮੈਂ ਤੈਨੂੰ ਵੀ ਸੀ। ਉਹ ਸਮਝਾ ਰਿਹਾ, ਆਖਰੀ ਵਾਰੀ ਸਮਝਾ ਰਿਹਾ, ਦੁਬਾਰਾ ਸਮਝਾਉਣਾ ਨਹੀਂ। ਉਹ ਗੱਲ ਛੱਡ, ਤੇਰਾ ਤੇ ਉਹਦਾ ਲਿੰਕ ਮੈਂ ਤੁੜਵਾ ਤਾ, ਹੁਣ ਤੂੰ ਉਹਦੇ ਨਾਲ ਕਦੀ ਨਹੀਂ ਮਿਲੇਗਾ, ਠੀਕ ਆ? ਹੁਣ ਤੂੰ ਉਸ ਕੰਮਾਂ ਤੋਂ ਦੂਰ ਰਹਿ, ਠੀਕ? ਥੈਂਕ ਯੂ ਭਾਈ, ਤੂੰ ਮੇਰੀ ਜ਼ਿੰਦਗੀ ਬਰਬਾਦ ਹੋਣ ਸੇ ਪਹਿਲੇ ਬਚਾ ਲਿਆ। ਭਰਾ ਭਰਾ ਲਈ ਨਹੀਂ ਕਰੇਗਾ ਫਿਰ ਕੌਣ ਕਰੇਗਾ? ਥੈਂਕ ਯੂ ਯਾਰ।